अज की राइड बारे सानू राजन भाई दसूगे कि अज मॉर्निंग राइड अज तरीक जनवरी 2022 ये जी मॉर्निंग राइड है आफ्टर 5 days ऑफ कॉन्टीन्यूअल रेनफॉल इन डिस्ट्रिक्ट नवांशहर और टुडे वी हैड अ फैबुलस राइड जी कि राइड अज इन्नी जबरदस्त थी बिकॉज द कॉन्टेंट ऑफ ऑक्सीजन वी आर इनहेलिंग टुडे फ्रॉम द एयर इट्स वेरी हाई लेवल ऑक्सीजन इन द एयर इज देयर एंड वी आर रियली गेटिंग एनर्जाइज बाय दिस राइड और अज के राइड के कुछ हाईलाइट भी हैं लाइक कि मानो वीडियोज इन शो यू इन वीडियोज हाउ वी वेंट ऑन दैट ब्रिज और उसके तो साथ उतरना बड़ा मुश्किल होया चढ़ना इट वॉज ईजी बट उतरना बहुत मुश्किल से एंड इट वॉज अ फैबुलस राइड नाउ वी आर गोइंग टू हैव ब्रेड पकौड़ाज आर अदर फ्रेंड्स हैव अरेंज्ड सम ब्रेड पकौड़ाज ओवर देयर सो वील हैव ओवर देयर थैंक यू बाय खतरों के खिलाड़ी आज हमारे बीच राजन सर की फिटनेस का राज देखिए ये वो राज है जो किसी के सामने नहीं पेश करते देखिए ਭਾਜੀ ਤੁਸੀਂ ਆਪਣੇ ਕੋਲ ਵਿਚਾਰ ਦਿਓ ਇੱਥੇ ਤੇ ਕਿੱਦਾਂ ਦੀ ਜਗ੍ਹਾ ਲੱਗੀ ਤੁਹਾਨੂੰ ਭਾਜੀ ਜਦ ਬੰਦਾ ਫਸਿਆ ਹੁੰਦਾ ਨਾ ਤਾਂ ਸਾਲਾ ਨਿਰਵਿਚਾਰ ਹੋ ਜਾਂਦਾ ਸੈਂਪਲ ਮਿਲ ਗਿਆ ਵੀ ਦੁਨੀਆਂ ਦੀ ਫੂਕ ਵਿੱਚ ਆ ਕੇ ਤੁਸੀਂ ਕਿੱਦਾਂ ਚੜ ਜਾਂਦੇ ਹੋ ਪੇੜ ਦੇ ਉੱਤੇ ਔਰ ਬਾਅਦ ਚ ਲੋਕ ਤਮਾਸ਼ਾ ਦੇਖਦੇ ਆ देखो जी असि राजन भाई ने समझाया सीगा कि इत्थे चढ़ जाओ तुहाडी फोटो लैनी आपां ओए फूक देना ना असली यही आ मैं भाई देखो मैं सारा तेरी मान लग गया कहना मैं राजन भाई की फोटो कितने भाई ने कहदी और भाई नीचे नहीं आ रहे हो आपां ट्रेन में कैसी दुनिया बंदे ने सारू का सारा पे भी भाषण दिंदा पिया भाई जी साडे बगैर ट्रेड बोल ठंडे हो रहे हैं तुसी ऐसा करो ਪੈਂਟ ਮਾਰੇ ਛਾਲ ਮਾਰੋ ਮੈਂ ਪਿੱਛੇ ਖੜ੍ਹ ਜਾਊਂ ਕਿਧਰੋਂ ਦੀ ਬਣ ਜਾਊਂ ਇਹ ਕਿਆ ਤੁਸੀਂ ਆਓ ਭਾਜੀ ਇੱਥੇ ਮੇਰੇ ਇੱਥੇ ਆਪਣੇ ਤੁਸੀਂ ਆਪਣੇ ਦਿਮਾਗ ਰਾਜਨ ਭਾਜੀ ਨੂੰ ਚਾਕੇ ਥੱਲੇ ਲਾਇਆ ਬਹੁਤ ਤਾੜੀ ਆ ਅਗਲਾ ਬੰਦਾ ਜਾਓ ਲਾਡੀ ਨੂੰ ਲਾਡੀ ਉੱਪਰ ਚੜ੍ਹ
ਭਾਈ ਅਸੀਂ ਹੁਣ ਪਹੁੰਚ ਚੁੱਕੇ ਹਾਂ ਬ੍ਰੈਡ ਪੂੜੇ ਖਾਣ ਨੂੰ, ਆਂਟੀ ਦੇ ਮਸ਼ਹੂਰ ਬ੍ਰੈਡ ਪੂੜੇ। ਅੱਜ ਬ੍ਰੈਡ ਅੱਜ ਦੀ ਰਾਈਡ ਵਾਲੇ ਹੁਣ ਥੋੜ੍ਹਾ ਜਿਹਾ ਵਿਪਨ ਭਾਜੀ ਦੱਸੋ। ਅੱਜ ਅਸੀਂ ਬ੍ਰਾਈਡਲ ਫੂਡ ਕੋਰਨਰ 'ਤੇ ਆਏ ਹਾਂ ਅਤੇ ਆਪਾਂ ਬ੍ਰੈਡ ਪੀਸ ਖਾਵਾਂਗੇ, ਬਹੁਤ ਟੇਸਟੀ ਬਣਾ ਰਹੇ ਆਂਟੀ ਜੀ। ਜਿਹੜੇ ਨਹੀਂ ਆਏ ਅੱਜ ਉਹ ਉਹਨਾਂ ਨੇ ਮਿਸ ਕਰਤਾ ਵਾ, ਅੱਜ ਬਹੁਤ ਵੱਡਾ ਫੁੱਲ ਇੰਜੋਏ ਕੀਤਾ ਅੱਜ। ਆਪ ਦੇਖ ਲਓ ਜੀ ਬ੍ਰੈਡ ਗਰਮ 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 ਜੇ ਅਗਰ ਆਪਾਂ ਗੱਲ ਕਰਦੇ ਹਾਂ ਨਾ ਵੀ ਕੀ ਸਿੱਖਿਆ, ਅਸੀਂ ਸੁਣਦੇ ਸੀਗੇ ਕਿ ਲੋਕ ਨਾ ਉੱਪਰ ਟੀਸੀ ਚੜ੍ਹਾ ਦਿੰਦੇ ਆ, ਬਾਅਦ ਪੌੜੀ ਖਿੱਚ ਲੈਂਦੇ ਆ। ਅੱਜ ਸਾਨੂੰ ਉਸ ਚੀਜ਼ ਦਾ ਅਹਿਸਾਸ ਹੋਇਆ ਵੀ ਕਿੱਦਾਂ ਅਸੀਂ ਲੋਕਾਂ ਦੀ ਫੂਕ ਵਿੱਚ ਆ ਕੇ ਉੱਪਰ ਚੜ੍ਹ ਜਾਈਦਾ, ਰਸਤੇ 'ਤੇ ਮੁੜ ਕੇ ਸਾਨੂੰ ਚੱਕਰ ਲਈ ਕੋਈ ਨਹੀਂ ਆਉਂਦਾ, ਤੁਸੀਂ ਮਿੰਨਤਾਂ ਕਰਕੇ ਮੁੰਡੇ ਚੜ੍ਹਾ ਦਿੱਤਾ। ਯੂਥ ਕੈਂਪ 'ਤੇ ਜਿਹੜੇ ਬ੍ਰੈਡ ਪੌੜੇ ਆ ਬਹੁਤ ਵਧੀਆ ਆ। ਜਗਦੀਸ਼ ਕੱਲਨ ਜੀ ਸਲੋ ਰੋਡ 'ਤੇ ਪਾਰਕ ਦੇ ਕੋਲ ਉਹਨਾਂ ਦੀ ਸ਼ੌਪ ਹੈਗੀ ਆ, ਦੇ ਵੀ ਮੇਕ ਦਿਸ ਫੈਬਲਸ ਬ੍ਰੈਡ ਪੌੜੇ।